ਸੜਕ ਪਾਰ ਕਰਦੇ ਇੱਕ ਸ਼ਖਸ ਨੂੰ ਬਚਾਉਂਦੇ ਸਮੇਂ ਇੱਕ ਭਿਆਨਕ ਸੜਕੀ ਹਾਦਸਾ ਹੋ ਗਿਆ, ਜਿਸ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਐਕਸਯੂਵੀ ਕਾਰ ਦੇ ਵਿੱਚ ਸਵਾਰ ਇੱਕ ਮਹਿਲਾ ਦੀ ਮੌਤ ਹੋਈ ਹੈ ਔਰ ਦੂਜਾ ਉਹ ਸ਼ਖਸ ਜੋ ਸੜਕ ਪਾਰ ਕਰਦਾ ਸੀ ਉਸਨੇ ਵੀ ਮੌਕੇ ਤੇ ਦਮ ਤੋੜ ਦਿੱਤਾ। ਪਰਿਵਾਰ ਧਾਹਾਂ ਮਾਰ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ। ਇਹ ਹਾਦਸਾ ਅੰਮ੍ਰਿਤਸਰ ਬਟਾਲਾ ਰੋਡ ਤੇ ਹੋਇਆ। ਪਠਾਨਕੋਟ ਤੋਂ ਆ ਰਹੀ ਐਕਸਯੂਵੀ ਗੱਡੀ ਦਾ ਐਕਸੀਡੈਂਟ ਹੋਇਆ ਔਰ ਬਾਕੀ ਦੇ 7 ਲੋਕ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਸ ਭਿਆਨਕ ਹਾਦਸੇ ਦੇ ਵਿੱਚ ਦੋ ਜਣਿਆਂ ਦੀ ਦਰਦਨਾਕ ਮੌਤ ਹੋਈ ਹੈ। ਐਕਸਯੂਵੀ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ। ਸੜਕ ਪਾਰ ਕਰ ਰਹੇ ਸ਼ਖਸ ਨੂੰ ਬਚਾਉਂਦੇ ਸਮੇਂ ਇਹ ਹਾਦਸਾ ਹੋਇਆ। ਉਸ ਸ਼ਖਸ ਦੀ ਵੀ ਮੌਤ ਹੋ ਗਈ ਔਰ ਗੱਡੀ ਦੇ ਵਿੱਚ ਬੈਠੀ ਇੱਕ ਮਹਿਲਾ ਦੀ ਵੀ ਦਰਦਨਾਕ ਮੌਤ ਹੋਈ ਹੈ। ਧਾਹਾਂ ਮਾਰ ਮਾਰ ਕੇ ਪਰਿਵਾਰ ਰੋਂਦਾ ਹੋਇਆ ਨਜ਼ਰ ਆ ਰਿਹਾ। ਇੱਕ ਸ਼ਖਸ ਜੋ ਕਿ ਸੜਕ ਪਾਰ ਕਰਦਾ ਸੀ ਉਸ ਨੂੰ ਬਚਾਉਂਦੇ ਸਮੇਂ ਗੱਡੀ ਕੰਟਰੋਲ ਖੋ ਬੈਠੀ ਔਰ ਇੱਕ ਖਾਈ ਦੇ ਵਿੱਚ ਜਾ ਕੇ ਪਲਟ ਗਈ, ਜਿਸ ਦੇ ਵਿੱਚ ਸਵਾਰ ਇੱਕ ਮਹਿਲਾ ਦੀ ਦਰਦਨਾਕ ਮੌਤ ਹੋਈ। 6 ਜਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਤਾ ਕੈਲਾਸ਼ ਮੇਰਾ ਨਾਂ ਆ, ਮੇਰੀ ਮਾਤਾ ਪੂਰੀ ਹੋ ਗਈ ਆ ਅਤੇ ਹਾਂਜੀ ਅਤੇ ਇਹ ਇੱਥੇ ਐਕਸੀਡੈਂਟ ਹੋਇਆ। ਅਸੀਂ ਚਵਿੰਡਾ ਦੇਵੀ ਦੇ ਹਾਂ, ਪਿੰਡ ਚਵਿੰਡਾ ਦੇਵੀ, ਅਤੇ ਸਾਡੀ ਗੱਡੀ 'ਚ ਵਾਹਵਾ ਕੋਈ 6-7 ਸਵਾਰੀਆਂ ਸਾਰੀਆਂ ਜ਼ਖਮੀ ਆ। ਕਿਹੜੀ ਸਵਾਰੀਆਂ? ਇਹ ਗਲਤੀ ਸੀ, ਮਤਲਬ ਇਹ ਜਿਹੜਾ ਰੋਡ ਕਰੋਸ ਕਰਨ ਡਿਆ ਸੀ ਨਾ ਉਹਦੀ ਗਲਤੀ, ਸਾਡੀ ਗੱਡੀ ਤਾਂ ਸਿੱਧੀ ਆਉਣ ਡੀ ਇੱਧਰੋਂ। ਕਿੰਨੇ ਬੰਦੇ ਰੋਡ ਕਰੋਸ ਕਰਦੇ? ਇਹ ਨਹੀਂ ਸਰ ਪਤਾ, ਇਹ ਝੂਠ ਮਾਰੀ ਤੁਹਾਨੂੰ। ਮੌਤ ਮਤਲਬ ਸਾਡੇ ਵੱਲੋਂ ਤਾਂ ਇੱਕ ਆ, ਬਾਕੀ ਸੀਰੀਅਸ ਆ ਬਹੁਤ ਜ਼ਿਆਦਾ, ਉਹਨਾਂ ਦਾ ਅਜੇ ਪਤਾ ਨਹੀਂ ਕੋਈ ਉਹਨਾਂ ਦਾ ਜੇ। ਉਹੀ ਮਤਲਬ ਬੰਦਾ ਕ੍ਰੋਸ ਕਰਨ ਡਿਆ ਸੀ। ਸਰ ਮੇਰਾ ਨਾਮ ਵਿਸਕੀ ਕੁਮਾਰ ਆ ਜੀ, ਮੇਰਾ ਪਿੰਡ ਚਵਿੰਡਾ ਦੇਵੀ ਆ। ਇਹ ਜਿਹੜਾ ਮੁੰਡਾ ਨਾ, ਇਹਨੇ ਮੁੰਡੇ ਨੇ ਜੋ ਮਤਲਬ ਭਾਈ ਜਿਹੜਾ ਰੋਡ ਕ੍ਰੋਸ ਕਰਦਾ ਸੀ ਉਹਨੂੰ ਮਤਲਬ ਬਚਾਉਂਦਿਆਂ ਮਤਲਬ ਇਹ ਇੱਕ ਪਰਿਵਾਰ ਸੀ, ਇੱਧਰ ਆਪਣੇ ਹਿਮਾਚਲ ਸਾਈਡ ਨੂੰ ਜਾ ਰਹੇ ਸੀ ਅਤੇ ਅੱਗੋਂ ਇੱਕ ਆਪਣੇ ਵੇਰਕੇ ਦਾ ਹੀ ਹਲਵਾਈ ਹੈਗੇ ਆ ਜਸਵੰਤ ਸਿੰਘ, ਉਹ ਸੜਕ ਕ੍ਰੋਸ ਕਰ ਰਹੇ ਸੀ ਅਤੇ ਉਹਨਾਂ ਨੂੰ ਬਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਕਿੰਨੇ ਕੁ ਬੰਦੇ ਦੀ ਮੌਤ ਹੋਈ ਤੇ ਕਿੰਨੇ ਬੰਦੇ ਜ਼ਖਮੀ ਹੋਏ? ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ 8 ਜਣੇ ਸਵਾਰ ਸੀ ਅਤੇ ਉਹ ਜਿਹੜੇ ਹਲਵਾਈ ਕ੍ਰੋਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਆ। ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਆ, ਬਾਕੀ 6 ਜਣੇ ਇੰਜਰਡ ਹੈਗੇ ਆ। ਕਿਹਦੀ ਗਲਤੀ ਨਾਲ ਗੱਡੀ ਤੇਜ਼ ਹੈਗੀ ਸੀ? ਨਹੀਂ ਵੇਖੋ, ਗਲਤੀ ਤਾਂ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ, ਅਜੇ ਤਾਂ ਵੇਖੋ ਆ ਕੇ ਡੈਡ ਬੋਡੀਜ਼ ਨੂੰ ਸੰਭਾਲ ਰਹੇ ਹਾਂ, ਜੋ ਵੀ ਅੱਗੇ ਫਰਦਰ ਦੇਖਦੇ ਹਾਂ ਕਿਹਦੀ ਗਲਤੀ ਆ ਕੀ ਹੈ। ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਦਾ ਸੀ? ਇਹਨਾਂ ਨੇ ਕਾਂਗੜੇ ਜਾਣਾ ਸੀ ਹਿਮਾਚਲ। ਇਹ ਇੱਥੇ ਗਏ ਸੀ ਅੰਮ੍ਰਿਤਸਰ, ਕਹਿ ਰਹੇ ਅਸੀਂ ਭਗਤਾਂ ਵਾਲੇ ਗਏ ਸੀ, ਉੱਥੋਂ ਆ ਰਹੇ ਸੀ। ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ? ਇਹ ਡੂਨ ਪਬਲਿਕ ਸਕੂਲ ਹੈ ਜੀ, ਇਹ ਬਾਈਪਾਸ ਆ ਸਿੱਧਾ ਪਠਾਨਕੋਟ ਨੂੰ ਜਾ ਰਿਹਾ ਡੂਨ, ਇਹਨੂੰ ਅਸੀਂ ਨੀਅਰ ਬਾਏ। ਹਾਂਜੀ, ਗੱਡੀ ਤੁਸੀਂ ਚਲਾ ਰਹੇ ਹੋ? ਗੱਡੀ ਮੈਂ ਚਲਾ ਰਿਹਾ ਸੀ, ਠੀਕ ਹੈ। ਮੇਰੀ ਬੇਟੀ ਭਾਜੀ ਇੱਦਾਂ ਦਾ ਕੋਈ ਹੋਰ ਸਿਸਟਮ ਹੋ ਗਿਆ, ਇਹ ਬੰਦਾ ਪਾਰ ਕਰ ਰਿਹਾ ਸੀ, ਉਹਨੂੰ ਬਚਾਉਂਦੇ ਬਚਾਉਂਦੇ ਭਾਜੀ ਮੇਰੇ ਗੱਡੀ ਕੰਟਰੋਲ ਨਹੀਂ। ਗੱਡੀ ਸਰ ਤੇਜ਼ ਹੈਗੀ ਸੀ? ਸਰ ਨੋਰਮਲ ਗੱਡੀ, ਤੁਹਾਨੂੰ ਪਤਾ ਕਿੰਨੀ ਤੇਜ਼ ਹੈ ਇੰਨੀ ਤਾਂ ਨੋਰਮਲ ਹੀ ਭਾਜੀ, ਇਹਦੀ ਵੈਸੇ ਗੱਡੀ ਬਹੁਤ ਬੜੀ ਹੈ। ਕਿਹੜੀ ਗੱਡੀ ਸੀ, ਕਿੰਨੇ ਬੰਦੇ? ਐਕਸਯੂਵੀ ਭਾਜੀ ਗੱਡੀ, 7 ਬੰਦੇ। ਹਾਂਜੀ, ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆ ਰਹੇ, ਕਿੱਥੇ ਜਾਣਾ? ਅਸੀਂ ਭਾਜੀ ਵੈਸੇ ਡਿਸਟ੍ਰਿਕਟ ਕਾਂਗੜੇ ਤੋਂ ਆਏ ਹਾਂ ਅਤੇ ਪਿੰਡ ਮੇਰਾ ਦੇਵੀ ਦਾ ਪਿੰਡ ਚਵਿੰਡਾ ਦੇਵੀ ਆ। ਕਿੰਨੇ ਬੰਦੇ ਸਰ ਮੌਤ ਹੋਈ? 2 ਬੰਦੇ ਨੇ, ਇੱਕ ਮੇਰੀ ਮੰਮੀ ਦੀ ਹੋਈ ਆ, ਇੱਕ ਉਹ ਬੰਦੇ ਨੂੰ ਬਚਾਉਂਦੇ ਬਚਾਉਂਦੇ ਭਾਜੀ ਉਹਦੀ ਹੋਈ ਆ। ਮੇਰਾ ਨਾਮ ਅਵਤਾਰ ਸਿੰਘ ਹੈ ਭਾਜੀ। ਕੀ ਗੱਲ ਹੋਈ ਭਾਜੀ? ਭਾਜੀ ਪਤਾ ਨਹੀਂ, ਮੈਂ ਤਾਂ ਆਪਣੀ ਡਿਊਟੀ 'ਤੇ ਸੀ, ਮੈਨੂੰ ਡਿਊਟੀ 'ਤੇ ਬੁਲਾਇਆ ਗਿਆ, ਮੈਂ ਕਾਰਪੈਂਟਰ ਦੀ ਜੋਬ ਕਰਦਾ, ਮੈਨੂੰ ਫੋਨ ਗਿਆ ਸੀ
ਮੈਂ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਐਕਸੀਡੈਂਟ ਹੋਇਆ ਵਾ, ਫਾਦਰ ਸਾਹਿਬ ਦਾ ਆ ਜਾਓ। ਮੈਂ ਆ ਕੇ ਆਇਆ ਸੀ ਇੱਥੇ, ਪੂਰੀ ਟੀਮ ਖੜੀ ਹੈ, ਮੈਂ ਮੇਰੇ ਫਾਦਰ ਸਾਹਿਬ ਦੀ ਸਫਾਇਰ ਪਏ ਆ। ਨਹੀਂ ਸਰ, ਹਜੇ ਮੈਨੂੰ ਕੁਛ ਨਹੀਂ ਪਤਾ ਹੈਗਾ। ਮੇਰਾ ਵੇਰਕਾ ਪੱਤੀ ਕੱਲੂ ਵਾਲੀ। ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ? ਡਾਊਨ ਸਕੂਲ ਦੇ ਸਾਹਮਣੇ ਹੋਇਆ ਜੀ। ਡਾਊਨ ਸਕੂਲ? ਹਾਂਜੀ। ਕਿਹਦੀ ਗਲਤੀ ਉਹਨਾਂ ਦਾ ਕਿਹਾ ਜੀ ਭਾਜੀ? ਭਾਜੀ ਇਹਦੇ ਮੈਂ ਤਾਂ ਤੁਹਾਨੂੰ ਦੱਸਿਆ ਮੈਂ ਮੌਕੇ 'ਤੇ ਨਹੀਂ ਸੀ ਹੈਗਾ, ਮੈਂ ਤਾਂ ਆ ਰਿਹਾ ਸੀ। ਸਰ ਕਿੰਨੀ ਉਮਰ ਸੀ ਭਾਜੀ? ਮੇਰੀ ਫਾਦਰ ਸਾਹਿਬ ਦੀ 55 ਦੇ ਲਾਗੇ ਛੱਗੇ ਸੀ। ਰਣਜੀਤ ਸਿੰਘ ਸਰ, ਮੇਰਾ ਪਿੰਡ ਭਿੱਖੀਗੰਡ ਸਰ, ਨਵਾਂ ਗੱਡੀ ਮੈਂ ਸਾਹਮਣੇ ਮੌਕੇ ਦਾ ਗਵਾਹ। ਠੀਕ ਹੈ ਸਰ, ਇਹਨੇ ਮੌਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆਂ ਆਪਦੀ ਕੋਸ਼ਿਸ਼ ਬਹੁਤ ਕੀਤੀ, ਇਹਨੇ ਬ੍ਰੇਕ ਬਹੁਤ ਲਾਈ, ਪਰ ਇਹ 'ਤੇ ਕੰਟਰੋਲ ਤੋਂ ਵੱਸ ਉਹ ਗੱਡੀ ਬਾਹਰ ਹੋ ਗਈ ਅਤੇ ਗੱਡੀ ਪਲਟੀਆਂ ਖਾਣ ਦੀ ਖਾਈ ਦੇ ਵਿੱਚ। ਸਰ ਕਿਹੜੀ ਗੱਡੀ ਸੀ, ਕਿੰਨੇ ਬੰਦਿਆਂ ਦੀ? ਸਰ 7 ਬੰਦੇ। ਹਾਂਜੀ, ਦੋ ਜਣਿਆਂ ਦੀ ਡੈਥ ਹੋ ਗਈ ਇਹਦੇ ਵਿੱਚ। ਹਾਂਜੀ, ਅਤੇ ਬਾਕੀ ਘਾਇਲ ਆ। ਕਿਹੜੀ ਗੱਡੀ ਦੇ ਨਾਲ ਭਾਈ? ਨਾ ਕੀ ਤੁਹਾਡੀ ਗੱਡੀ? ਐਕਸਯੂਵੀ ਸਰ। ਕਿਹੜੀ ਜਗ੍ਹਾ ਤੇ ਸਰ ਹੋਇਆ? ਇਹ ਸਰ ਦੂਣ ਸਕੂਲ ਦੇ ਸਾਹਮਣੇ, ਵੇਰਕਾ ਬਾਈਪਾਸ 'ਤੇ। ਸਰ ਕਿਹਦੀ ਗਲਤੀ ਸੀ? ਸਰ ਇਹਦੀ ਕੋਈ ਗਲਤੀ ਨਹੀਂ। ਕਿਹਦੀ ਗਲਤੀ? ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ, ਉਹ ਉਹਨੇ ਵੇਖਿਆ ਨਹੀਂ ਵੀ ਸੜਕ, ਜਿਹੜਾ ਸੜਕ ਕਰੋਸ ਕਰਨਾ ਉਹਨੇ ਵੇਖੇ। ਉਹ ਪੈਦਲ? ਹਾਂਜੀ।